ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਆਓ ਅੱਜ ਅਸੀਂ 635 635 ਪੰਨੇ ਤੇ ਦੇਖੀਏ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਨੇ ਜੀ ਸੂਰਠ ਮਹੱਲਾ ਪਹਿਲਾ ਤੀ ਤੁਕੀ ਤਿੰਨ ਤੁਕਾਂ ਮਲੇ ਜੀ ਅਸ਼ਟ ਪਦੀਆਂ ਚੱਲ ਰਹੀਆਂ ਨੇ ਕੱਲ ਚਾਰ ਤੁਕੀਆਂ ਸੀ ਕਿ ਅੱਜ ਤਿੰਨ ਤੁਕੀਆਂ ਨੇ ਜੀ ਰਹਾਉ ਦੀ ਪਹਿਲੇ ਪੜਨੇ ਆ ਜੀ ਪੰਕਤੀ ਸੁਣ ਪੰਡਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਪਾਈ ਸੋ ਆਤਮ ਤਤ ਵਿਚਾਰੀ ਏ ਪੰਡਤ ਸੁਣ ਜਰਾ ਤੂੰ ਬੜੇ ਕਰਮਾਂ ਵਿੱਚ ਕਰਮ ਕਾਂਡਾਂ ਦੇ ਵਿੱਚ ਪਿਆ ਹੋਇਆ ਹੈ ਜਿਤ ਕਰਮ ਸੁਖ ਉਪਜੈ ਪਾਈ ਜਿਸ ਕੰਮ ਕੀਤਿਆਂ ਮਨ ਦੇ ਵਿੱਚ ਸੁਖ ਉਪਜਦਾ ਹੈ ਆਪਣੇ ਆਪ ਖਿੜ ਪੈਂਦਾ ਹੈ ਸੁਖ ਉਪਜੈ ਪਾਈ ਸੋ ਆਤਮ ਤਤ ਵਿਚਾਰੀ ਉਹੀ ਆਤਮਾ ਦਾ ਅਸਲੀ ਰੂਟ ਬੇਸ ਹੈ ਜਿਹਦੇ ਨਾਲ ਕੇ ਮਨ ਦੇ ਵਿੱਚ ਸੁਖ ਉਪਜਦਾ ਹੈ ਉਹੀ ਤੁਹਾਡਾ ਆਤਮਾ ਦਾ ਬੀਸ ਹੈ ਉਸ ਨੂੰ ਹੀ ਵਿਚਾਰ ਕਿ ਉਹ ਕੀ ਚੀਜ਼ ਹੈ ਆਓ ਐਸੋ ਪਹਿਲੇ ਪੜੀਏ ਪਹਿਲੀ ਤੁਕ ਹੈ ਜੀ ਆਸਾ ਮਨਸਾ ਬੰਧਨੀ ਪਾਈ ਕਰਮ ਤਰਮ ਬੰਧਕਾਰੀ ਇਹ ਮਾਇਆ ਦੀਆਂ ਵਲੀ ਜੜ ਫੁਰਨਾ ਨੇ ਆਸਾ ਨੇ ਇਛਾਵਾਂ ਨੇ ਇਹ ਤੁਹਾਨੂੰ ਬੰਦ ਲੈਂਦੀਆਂ ਨੇ ਔਰ ਜਿੰਨੇ ਤੁਸੀਂ ਕਰਮ ਔਰ ਧਰਮ ਕਰਦੇ ਹੋ ਵਰਤ ਥਾਂ-ਥਾਂ ਤੇ ਤੀਰਥ ਇਸ਼ਨਾਨ ਜਿੰਨੇ ਵੀ ਕਰਮ ਧਰਮ ਕਰਦੇ ਹੋ ਇਹ ਸਾਰੇ ਆਸਾ ਮਨਸਾ ਦੇ ਫੁਰਨੇ ਉਠਵਾਉਂਦੀਆਂ ਨੇ ਔਰ ਉਹਦੇ ਵਿੱਚ ਇਹ ਬੰਦ ਦਿੰਦੀਆਂ ਨੇ ਪਾਪ ਪੁੰਨ ਜਗ ਜਾਇਆ ਭਾਈ ਬਿਨਸੇ ਨਾਮ ਵਿਸਾਰੀ ਇਹ ਪਾਪ ਔਰ ਪੁੰਨ ਜਿਹੜੇ ਨੇ ਜੱਗ ਦੇ ਬਣਾਏ ਹੋਏ ਨੇ ਅਸਲੀਅਤ ਵਿੱਚ ਦੇ ਭਾਈ ਜਿਹੜਾ ਵੀ ਨਾਮ ਨੂੰ ਵਿਸਾਰ ਦਿੰਦਾ ਹੈ ਉਹ ਆਤਮਿਕ ਮੌਤ ਮਰਦਾ ਹੈ ਸੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਨਾਮ ਨਾਮ ਨੂੰ ਵਿਸਾਰਨ ਵਾਲਾ ਆਤਮਿਕ ਮੌਤ ਮਰਦਾ ਹੈ ਇਹ ਪਾਪ ਔਰ ਪੁੰਨ ਜਿਹੜੇ ਪੰਡਤਾਂ ਨੇ ਰੋਜ਼ ਤੁਹਾਨੂੰ ਦੱਸਦੇ ਰਹਿੰਦੇ ਨੇ ਇਹ ਤੇ ਐਵੇਂ ਜੱਗ ਦੇ ਬਣਾਏ ਹੋਏ ਨੇ ਜਿੱਦੇ ਚ ਅਸੀਂ ਭਟਕਦੇ ਰਹਿੰਦੇ ਹਾਂ ਅਸਲੀਅਤ ਵਿੱਚ ਇਹ ਮਾਇਆ ਜੱਗ ਮੋਹਣੀ ਪਾਈ ਕਰਮ ਸਭੇ ਵੇਕਾਰੀ ਇਹ ਜਿਹੜੇ ਮਾਇਆ ਦੇ ਕੰਮ ਨੇ ਇਹ ਨੇ ਸਾਰੇ ਜੱਗ ਨੂੰ ਇਸ ਨੇ ਆਪਣੇ ਪਰਮਾ ਵਿੱਚ ਮੋਹ ਲਿਆ ਹੋਇਆ ਹੈ ਇਹ ਪਾਈ ਜਿੰਨੇ ਵੀ ਇਸ ਮਾਇਆ ਦੇ ਕਰਕੇ ਕੰਮ ਕੀਤੇ ਜਾਂਦੇ ਨੇ ਉਹ ਬੇਕਾਰ ਦੇ ਕੰਮ ਨੇ ਉਹ ਸਾਨੂੰ ਉਲਟੇ ਪਾਸੇ ਹੀ ਲੈ ਕੇ ਜਾਂਦੇ ਨੇ ਨੈਕਸਟ ਹੈ ਜੀ ਸਾਸਤ ਬੇਦ ਧੱਕੇ ਖੜੋ ਪਾਈ ਕਰਮ ਕਰੇ ਸੰਸਾਰੀ ਤੇ ਫਿਰ ਪੰਡਤ ਨੂੰ ਹੀ ਡਾਇਰੈਕਟ ਕਹਿ ਰਹੇ ਨੇ ਕਿ ਜਿਹੜੇ ਸਾਸਤ ਔਰ ਬੇਦ ਤੋਂ ਖੜੇ ਹੋ ਕੇ ਹੋ ਕੇ ਸਾਰਿਆਂ ਨੂੰ ਸੁਣਾਉਣਾ ਹੈ ਇਹ ਸਾਰੇ ਦੇ ਸਾਰੇ ਕੰਮ ਜਿਹੜੇ ਨੇ ਸੰਸਾਰਕ ਰੂਪੀ ਹੀ ਕੰਮ ਨੇ ਆਤਮਕ ਕੋਈ ਕੰਮ ਨਹੀਂ ਹੈਗਾ ਪਖੰਡ ਮੈਲ ਨਾ ਚੁੱਕੇ ਪਾਈ ਅੰਤਰ ਮੈਲ ਵਿਕਾਰੀ ਇਹ ਬੁੱਲਣ ਨਾਲ ਦੱਸਣ ਦੇ ਨਾਲ ਇਹ ਜਿਹੜੇ ਤੂੰ ਕੰਮ ਕਰ ਰਿਆਵੇਂ ਇਹ ਸਾਰੇ ਪਖੰਡ ਹੀ ਨੇ ਇਹਨਾਂ ਦੇ ਨਾਲ ਮਨ ਦੀ ਮੈਲ ਜਿਹੜੀ ਹੈ ਉਹ ਉੱਥੇ ਦੀ ਉੱਥੇ ਹੀ ਰਹਿੰਦੀ ਹੈ ਇਹ ਬਾਹਰ ਨਹੀਂ ਨਿਕਲਦੀ ਹੈ ਇਨ ਵਿਦ ਡੂਬੀ ਮਾਕੂੜੀ ਪਾਈ ਉੱਡੀ ਸਿਰ ਕੈ ਪਾਰੀ ਇਹ ਕੁਝ ਐਂਜੀ ਹੈ ਜਿੱਦਾਂ ਮੱਖੜੀ ਆਪਣਾ ਜਾਲਾ ਬੁੰਨਦੀ ਹੈ ਫਿਰ ਤੁਸੀਂ ਦੇਖੋਗੇ ਉਸੇ ਜਾਲੇ ਦੇ ਵਿੱਚ ਹੀ ਮੱਖੜੀ ਉਲਟੀ ਮਰੀ ਹੋਈ ਪਈ ਹੁੰਦੀ ਹੈ ਇਹ ਕੁਝ ਇਸ ਤਰ੍ਹਾਂ ਹੀ ਹੈ ਪੰਡਿਤ ਜੀ ਤੁਸੀਂ ਵੀ ਐਂਝ ਹੀ ਕੁਝ ਕਰ ਰਹੇ ਹੋ ਇਸ ਤੋਂ ਬਾਅਦ ਨੈਕਸਟ ਹੈ ਜੀ ਦੁਰਮਤ ਕਣੀ ਵਿਗੁੱਤੀ ਪਾਈ ਦੂਜੇ ਪਾਇਏ ਖੁਆਏ ਇਹ ਜਿਹੜੀ ਭੈੜੀ ਮਤ ਹੈ ਇਹ ਬਹੁਤ ਜ਼ਿਆਦਾ ਪਰੇਸ਼ਾਨੀਆਂ ਕ੍ਰੀਏਟ ਕਰਨ ਵਾਲੀ ਹੈ ਖਵਾਰ ਕਰਨ ਵਾਲੀ ਹੈ ਇਹ ਤੁਹਾਨੂੰ ਦੂਜੇ ਪਾਸਿਆਂ ਦੇ ਵਿੱਚ ਹੀ ਉਲਟੇ ਪਾਸੇ ਦੇ ਵੱਲ ਹੀ ਲੈ ਜਾਂਦੀ ਹੈ ਬਿਨ ਸਤਗੁਰ ਨਾਮ ਨਪਾਈਏ ਭਾਈ ਬਿਨ ਨਾਮੇ ਪਰਮ ਨਜਾਈ ਸਤਗੁਰ ਤੁਨ ਨੂੰ ਮਿਲਣ ਤੋਂ ਬਿਨਾ ਤੁਸੀਂ ਨਾਮ ਨਹੀਂ ਪਾ ਸਕਦੇ ਹੋ ਨਾਮ ਵਾਹਿਗੁਰੂ ਦਾ ਨਾਮ ਨਹੀਂ ਤੁਸੀਂ ਲੱਭ ਸਕਦੇ ਹੋ ਬਿਨ ਨਾਮ ਮੇ ਪਰਮ ਨ ਜਾਏ ਔਰ ਨਾਮ ਤੋਂ ਬਿਨਾ ਉਸ ਦੇ ਨਾਮ ਨੂੰ ਯਾਦ ਕਰਨ ਤੋਂ ਬਿਨਾ ਉਸ ਦੇ ਨਾਮ ਨੂੰ ਵਿਚਾਰਨ ਤੋਂ ਬਿਨਾ ਤੁਹਾਡੇ ਮਨ ਦੇ ਜਿਹੜੇ ਪਰਮ ਭੁਲੇਖੇ ਨੇ ਉਹ ਨਹੀਂ ਖਤਮ ਹੁੰਦੇ ਹਨ ਸਤਗੁਰੂ ਦੀ ਸੇਵੇ ਤਾਂ ਸੁਖ ਪਾਏ ਪਾਈ ਆਉਣ ਜਾਣ ਰਹੀ ਸਤਗੁਰੂ ਦੀ ਸੇਵਾ ਕਰੋ ਸਤਗੁਰੂ ਦੀ ਗੱਲ ਸੁਣੋ ਸਤਗੁਰੂ ਦਾ ਗੱਲ ਉੱਤੇ ਸੁਣ ਕੇ ਉਹਦੇ ਤੇ ਚੱਲੋ ਉਹਨੂੰ ਮੰਨੋ ਤਾਂ ਤੁਸੀਂ ਸੁਖ ਪਾਓਗੇ ਤੇ ਤੁਹਾਡਾ ਜਿਹੜਾ ਆਉਣ ਜਾਣ ਦਾ ਢੇੜਾ ਚੱਲਿਆ ਹੋਇਆ ਹੈ ਉਹ ਤਾਂ ਹੀ ਰੁਕੇਗਾ ਤਾਂ ਹੀ ਤੁਸੀਂ ਜਦੋਂ ਤੁਸੀਂ ਪਰਮਾਤਮਾ ਚ ਲੀਨ ਹੋ ਜਾਓਗੇ ਉਸ ਤੋਂ ਬਾਅਦ ਤੁਹਾਡਾ ਆਉਣ ਜਾਣ ਦਾ ਢੇੜਾ ਮੁਕੇਗਾ ਉਹ ਤਾਂ ਹੀ ਹੋ ਸਕਦਾ ਜੇ ਸਤਿਗੁਰ ਦੀ ਸੇਵਾ ਦੇ ਉੱਤੇ ਉਹਦੇ ਕਹਿ ਅਨੁਸਾਰ ਤੁਸੀਂ ਚੱਲੋ ਸਾਚ ਸਹਿਜ ਗੁਰ ਤੇ ਉਪਜੇ ਪਾਈ ਮਨ ਨਿਰਮਲ ਸਾਚ ਸਮਾਈ ਪਰਮਨੈਂਟ ਰਹਿਣ ਵਾਲਾ ਤੁਹਾਡਾ ਆਤਮਿਕ ਉਡੋਲਤਾ ਜੜੀ ਹੈ ਉਹ ਗੁਰੂ ਦੇ ਦੱਸੇ ਰਸਤੇ ਦੇ ਨਾਲ ਹੀ ਤੁਹਾਡੇ ਮਨ ਦੇ ਅੰਦਰ ਆਪਣੇ ਆਪ ਖਿੜ ਪੈਂਦੀ ਹੈ ਭਾਈ ਉਹਦੇ ਨਾਲ ਮਨ ਤੁਹਾਡਾ ਬੜਾ ਨਿਰਮਲ ਹੋ ਜਾਂਦਾ ਹੈ ਸ਼ਾਂਤ ਹੋ ਜਾਂਦਾ ਹੈ ਔਰ ਤੁਸੀਂ ਸੱਚੇ ਪ੍ਰਭੂ ਦੇ ਚਰਨਾ ਦੇ ਵਿੱਚ ਹਮੇਸ਼ਾ ਸਮਾ ਜਾਂਦੇ ਹੋ ਉਦੀ ਹੀ ਸੋਚ ਦੇ ਵਿੱਚ ਤੁਸੀਂ ਹਮੇਸ਼ਾ ਮਨ ਨੂੰ ਆਪਣਾ ਲੀਨ ਰੱਖਦੇ ਹੋ ਗੁਰਸੇਵੇ ਜੋ ਬੁੱਝ ਹੈ ਪਾਈ ਗੁਰਬਿੰਨ ਮਗ ਨਾ ਪਾਈ ਜਿਹੜਾ ਗੁਰੂ ਦੀ ਸੇਵਾ ਕਰੇਗਾ ਉਹ ਹੀ ਇਹ ਬੁੱਝ ਪਾਏਗਾ ਗੁਰੂ ਦੇ ਦੱਸੇ ਹੋਏ ਰਸਤੇ ਦੇ ਨਾਲ ਹੀ ਉਹ ਬੁੱਝ ਪਾਏਗਾ ਗੁਰੂ ਤੋਂ ਬਿਨਾ ਤੁਸੀਂ ਠੀਕ ਰਸਤਾ ਲੱਭ ਹੀ ਨਹੀਂ ਸਕਦੇ ਹੋ ਜਿਸ ਅੰਤਰ ਲੋਭ ਕੀ ਕਰਮ ਕਮਾਵੇ ਪਾਈ ਕੂੜ ਬੋਲ ਬੁਖ ਬਿਖ ਖਾਈ ਜਿਹਦੇ ਅੰਦਰ ਲੋਭ ਔਰ ਕਰਮਾ ਦੇ ਕਰਕੇ ਉਹਦੇ ਅਹੰਕਾਰ ਆ ਜਾਂਦਾ ਹੈ ਉਹ ਹਰ ਵੇਲੇ ਘਟੀਆ ਬੋਲਦਾ ਹੈ ਔਰ ਜ਼ਹਿਰ ਵਾਂਗੂ ਸਾਰੀਆਂ ਚੀਜ਼ਾਂ ਖਾਂਦਾ ਰਹਿੰਦਾ ਹੈ ਉਹਦੇ ਮਨ ਔਰ ਤਨ ਦੇ ਵਿੱਚ ਹਮੇਸ਼ਾ ਕੂੜ ਚੱਲਦਾ ਹੈ ਔਰ ਜ਼ਹਿਰ ਦੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਪੰਡਤ ਦਹੀਂ ਵਿਲੋਇਆ ਪਾਈ ਵਿੱਚ ਨਿਕਲਿਆ ਤਤ हे पंडित ਜੇ ਤੂੰ ਦਹੀਂ ਨੂੰ ਰੜਕੇਗਾ ਚੋਦੇ ਜੋ ਅਸਲੀ ਚੀਜ਼ ਨਿਕਲੇਗੀ ਵਿੱਚੋਂ ਨਿਕਲੇ ਤੱਥ ਉਹਦੇ ਚੋਂ ਅਸਲੀ ਚੀਜ਼ ਨਿਕਲੇਗੀ ਮੱਖਣ ਨਿਕਲੇਗਾ ਤੂੰ ਕੀ ਕਰ ਰਿਹਾ ਉਹ ਦੇਖ ਜਲ ਮਥਿਏ ਜਲ ਦੇਖੀਏ ਪਾਈ ਇਹ ਜੰਗ ਇਹਾ ਵਥ ਤੂੰ ਪਾਣੀ ਨੂੰ ਰੜਕ ਰਿਹਾ ਹੈ ਉਹਦੇ ਚ ਤੁਹਾਨੂੰ ਤੁਹਾਨੂੰ ਪਾਣੀ ਹੀ ਦਿਖਾਈ ਦੇਗਾ ਤੂੰ ਸਾਰੇ ਜਗ ਨੂੰ ਐਸੇ ਚੱਕਰ ਦੇ ਵਿੱਚ ਹੀ ਪਾਇਆ ਹੋਇਆ ਹੈ ਗੁਰਬਿੰਨ ਪਰਮ ਵਿਗੂਛਿਆ ਪਾਈ ਕਟਕਟ ਦਿਉ ਅਲਖ ਗੁਰੂ ਤੋਂ ਬਿਨਾ ਤੁਸੀਂ ਖਾਰੁੰਦੇ ਰਹੰਦੇ ਹੋ ਤੇ ਤੁਹਾਨੂੰ ਜਿਹੜਾ ਪ੍ਰਕਾਸ਼ ਰੂਪ ਪ੍ਰਭੂ ਹੈ ਉਹ ਕਟਕਟ ਵਿੱਚ ਜਿਹੜਾ ਵਸਿਆ ਹੋਇਆ ਹੈ ਉਹ ਤੁਹਾਨੂੰ ਦਿਖਾਈ ਹੀ ਨਹੀਂ ਦਿੰਦਾ ਨੈਕਸਟ ਹੈ ਜੀ ਇਹ ਜਗ ਤਾਗੋ ਸੂਤ ਕੋ ਪਾਈ ਦਹ ਤਿਸ ਬਧੋ ਮਏ ਇਹ ਜਿਹੜੇ ਮਾਇਆ ਦਾ ਮੂਹ ਹੈ ਇਸ ਤਰ੍ਹਾਂ ਸਮਝੋ ਕਿ ਜਦਾਂ ਸੂਤਰ ਦੇ ਧਾਗੇ ਨਾਲ ਹਰ ਇੱਕ ਨੂੰ ਇਹਨੇ ਬੰਨਿਆ ਹੋਇਆ ਹੈ ਹਰ ਇੱਕ ਨੂੰ 10-10 ਦਿਸ਼ਾਵਾਂ ਤੋਂ ਬੰਨਿਆ ਹੋਇਆ ਹੈ ਔਰ ਦਸਾਂ ਦਸਾਂ ਦਿਸ਼ਾਵਾਂ ਵੱਲ ਉਹ ਖਿੱਚਿਆ ਜਾ ਰਿਹਾ ਹੈ ਬਿਨ ਗੁਰ ਗਾਂਠ ਨਾ ਛੂਟੇ ਪਾਈ ਥਾਕੇ ਕਰਮ ਕਮਾਏ ਗੁਰੂ ਤੋਂ ਬਿਨਾ ਇਹ ਜਿਹੜੀਆਂ ਗੰਢਾਂ ਪਈਆਂ ਹੋਈਆਂ ਨੇ ਇਹ ਤੁਹਾਡੇ ਮੁਸ਼ਕਲਾਂ ਆਈਆਂ ਹੋਈਆਂ ਨੇ ਇਹ ਜਿਹੜੀ ਤੁਹਾਡੀ ਪੀੜਾਂ ਪਈਆਂ ਹੋਈਆਂ ਨੇ ਇਹ ਨਹੀਂ ਖੁੱਲ ਸਕਤੀਆਂ ਨੇ ਨਹੀਂ ਹਟ ਸਕਦੀਆਂ ਨੇ ਤੇ ਤੁਸੀਂ ਕਰਮਕਾਰ ਕਰਕੇ ਕਰਮ ਕਾਂਡੀ ਕਰਮ ਨੇ ਜਿਹੜੇ ਅੱਜ ਤਿਰਥ ਸ੍ਰਿਸ਼ਨਾਣਾਂ ਤੇ ਕਰਾਏ ਅੱਜ ਤੁਸੀਂ ਦਾਨਪੂਰਨ ਕਰ ਦਿੱਤੇ ਅੱਜ ਤੁਸੀਂ ਹੋਰ ਇਹੋ ਜਿਹੇ ਵਰਤ ਰੱਖ ਦਿੱਤੇ ਚੀਜ਼ਾਂ ਪਰਮਾਮ ਵਾਲੀ ਚੀਜ਼ਾਂ ਕਰ ਦਿੱਤੀਆਂ ਤੁਸੀਂ ਕਰਮ ਕਾਂਡਾਂ ਦੇ ਵਿੱਚ ਹਮੇਸ਼ਾ ਥੱਕਦੇ ਰਹਿੰਦੇ ਹੋ ਇਸ ਜਗ ਪਰਮ ਭੁਲਾਇਆ ਪਾਈ ਕਹਿਣਾ ਕਿਛੂ ਨਾ ਜਾਏ ਇਹ ਪੂਰੇ ਦਾ ਪੂਰਾ ਜੱਗ ਜਿਹੜਾ ਵੇ ਪਰਮਾ ਦੇ ਵਿੱਚ ਭੁਲਾਇਆ ਗਿਆ ਹੋਇਆ ਹੈ ਪਰਮਾ ਦੇ ਵਿੱਚ ਪਾਰ ਕਿਉ ਭੁੱਲਿਆ ਹੋਇਆ ਹੈ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਕਿੰਨੀ ਦੂਰ ਤੱਕ ਕਿੰਨੀ ਦੁਨੀਆ ਇਸ ਪੋਜੀਸ਼ਨ ਦੇ ਵਿੱਚ ਖਰਾਬ ਖਰਾਬ ਚੱਲ ਰਹੀ ਹੈ ਗੁਰ ਮਿਲਿਏ ਪਉ ਮਨ ਵਸੈ ਪਾਈ ਪੈ ਮਰਨਾ ਸਚ ਲੇਖ ਜਦੋਂ ਤੁਸੀਂ ਗੁਰੂ ਨੂੰ ਮਿਲਦੇ ਹੋ ਤੇ ਤੁਹਾਡੇ ਅੰਦਰ ਅਦਬ ਵਾਲਾ ਔਰ ਪਿਆਰ ਵਾਲਾ ਉੱਡਰ ਜਿਹੜਾ ਹੈ ਵਾਹਿਗੁਰੂ ਆਸਤੇ ਤੁਹਾਡੇ ਮਨ ਦੇ ਵਿੱਚ ਆ ਵਸਦਾ ਹੈ ਔਰ ਇਹ ਜਿਹੜਾ ਡਰ ਹੈ ਇਹੋ ਹੀ ਤੁਹਾਡੇ ਉਸ ਪਰਮਾਨੈਂਟ ਰਹਿਣ ਵਾਲੇ ਜਿਹੜੇ ਵਾਹਿਗੁਰੂ ਨੇ ਤੁਹਾਡੇ ਮੱਥੇ ਤੇ ਲੇਖ ਲਿਖੇ ਸੀ ਉਹਨਾਂ ਨੂੰ ਖਤਮ ਵੀ ਇਹੋ ਹੀ ਪਿਆਰ ਵਾਲਾ ਡਰ ਕਰਦਾ ਹੈ ਮਜਨ ਦਾਨ ਚੰਗਿਆਈਆਂ ਪਾਈ ਦਰਗਹ ਨਾਮ ਵਿੱਚੇ ਮਜਨ ਦਾਨ ਚੰਗੇ ਆਈਆਂ ਪਾਈ ਦਰਗਹ ਨਾਮ ਵਿਸ਼ੇਖ ਜਿਹੜਾ ਨਾਮ ਰਸ ਹੈ ਇਹਦੇ ਵਿੱਚ ਹੀ ਸਾਰੇ ਤੀਰਥ ਇਸ਼ਨਾਨ ਦਾਨ ਪੁੰਨ ਔਰ ਔਰ ਚੰਗੇ ਕਰਮ ਜਿਹੜੇ ਨੇ ਉਹ ਇਹਦੇ ਵਿੱਚ ਹੀ ਆ ਜਾਂਦੇ ਨੇ ਤੇ ਜੇ ਤੁਸੀਂ ਨਾਮ ਦਾ ਤੁਸੀਂ ਨਾਮ ਨੂੰ ਤੁਸੀਂ ਯਾਦ ਕਰਦੇ ਹੋ ਹਰ ਟਾਈਮ ਉੱਤੇ ਨਾਮ ਹੀ ਜਪਦੇ ਹੋ ਹਰ ਟਾਈਮਸ ਉੱਤੇ ਹੇ ਪਾਈ ਤੇ ਤੁਸੀਂ ਉਹਦੀ ਦਰਗਾਹ ਦੇ ਵਿੱਚ ਇਹ ਵਿਸ਼ੇਸ਼ ਰੂਪ ਉਤੇ ਤੁਹਾਡੀ ਅੱਛਾ ਗੁਣ ਮੰਨਿਆ ਜਾਂਦਾ ਹੈ ਗੁਰ ਅੰਕਸ ਜਿਨ ਨਾਮ ਦਰੜਾਇਆ ਭਾਈ ਮਨ ਵਸਿਆ ਚੂਕਾ ਪੇਖ ਜਿਦਾ ਹਾਥੀ ਨੂੰ ਮਸਤ ਹਾਥੀ ਨੂੰ ਚਲਾਉਣ ਵਾਸਤੇ ਵੀ ਇੱਕ ਅ ਸਿਰ ਦੇ ਉਤੇ ਕੁੰਡਾ ਮਾਰਿਆ ਜਾਂਦਾ ਹੈ ਕੁੰਡੇ ਨਾਲ ਉਹ ਬੰਨਿਆ ਹੁੰਦਾ ਹੈ ਜਿਹਦੇ ਕਰਕੇ ਉਹ ਠੀਕ ਚੱਲਦਾ ਹੈ ਇੰਜ ਹੀ ਤੁਸੀਂ ਗੁਰੂ ਦਾ ਜਿਹੜਾ ਕੁੰਡਾ ਹੈ ਗੁਰੂ ਜੋ ਦੱਸਦਾ ਹੈ ਉਹਦੇ ਬੇਸ ਦੇ ਉਤੇ ਤੁਸੀਂ ਚੱਲੋਗੇ ਤੇ ਤੁਸੀਂ ਨਾਮ ਨੂੰ ਆਪਣੇ ਮਨ ਦੇ ਵਿੱਚ ਦੜਾ ਲੋਗੇ ਤੇ ਜਦੋਂ ਤੁਸੀਂ ਉਹਨੂੰ ਮਨ ਵਿੱਚ ਦੜਾ ਲੋਗੇ ਤੇ ਜਿਹੜੇ ਜਿੰਨੇ ਵੀ ਤੁਹਾਡੇ ਦੇਖ ਨੇ ਗਲਤ ਵਿਹਿਮਾਂ ਦੇ ਵਿੱਚ ਤੁਸੀਂ ਚੱਲ ਰਹੇ ਹੋ ਉਹ ਹਟ ਜਾਣਗੇ ਔਰ ਤੁਹਾਡਾ ਮਨ ਵਾਹਿਗੁਰੂ ਦੇ ਨਾਮ ਬਣਾ ਲੇ ਦ੍ਰਿੜ ਜਾਏਗਾ ਇਹ ਤਨ ਹਾਟ ਸਰਾਫ ਕੋ ਪਾਈ ਵੱਖਰ ਨਾਮ ਅਪਾਰ ਇਹ ਜਿਹੜਾ ਤਨ ਹੈ ਤਾਨੂੰ ਦਿੱਤਾ ਹੋਇਆ ਵਾਹਿਗੁਰੂ ਨੇ ਇਹ ਇੱਕ ਇਹਦੇ ਵਿੱਚ ਕਈ ਹੱਟੀਆਂ ਨੇ ਜਿਨ੍ਹਾਂ ਦੇ ਉੱਤੇ ਸਿਰਫ ਨਾਮ ਦਾ ਹੀ ਸੌਦਾ ਕਰਨਾ ਚਾਹੀਦਾ ਹੈ ਨਾਮ ਦੀ ਹੀ ਸੌਦਾਗਰੀ ਕਰਨੀ ਚਾਹੀਦੀ ਹੈ ਨਾਮ ਜਿਹੜਾ ਉਹ ਸਰਾਫ ਸੱਚੇ ਸੋਨੇ ਵਰਗੀ ਚੀਜ਼ ਹੈ ਉਹਦੀ ਹੀ ਸਿਰਫ ਸੌਦਾਗਰੀ ਕਰਨੀ ਚਾਹੀਦੀ ਹੈ ਇਹ ਵੱਖਰ ਵਪਾਰੀ ਸੋਧੜੜੇ ਪਾਈ ਗੁਰ ਸ਼ਬਦ ਕਰੇ ਵਿਚਾਰ ਜਿਹੜਾ ਵੀ ਵਪਾਰੀ ਨਾਮ ਨੂੰ ਆਪਣੀ ਹਾਰਟ ਦੇ ਵਿੱਚ ਕਈ ਹਟਾਂ ਤੁਹਾਡੇ ਸਰੀਰ ਸਰੀਰ ਦੇ ਵਿੱਚ ਚੱਲ ਰਹੀਆਂ ਹਨ ਜਿਹੜਾ ਵੀ ਵਪਾਰੀ ਆਪਣੇ ਹਾਰਟ ਵਿੱਚ ਉਹਦੇ ਨਾਮ ਦਾ ਹੀ ਤਨ ਦਾ ਸੌਦਾ ਕਰੇਗਾ ਸੌਦਾਗਰੀ ਕਰੇਗਾ ਉਹ ਗੁਰੂ ਦੇ ਸ਼ਬਦ ਦੇ ਵਿੱਚੋਂ ਵਿਚਾਰ ਆਪਣੇ ਆਪ ਉਹਦੇ ਮਨ ਵਿੱਚ ਚੱਲਣੀ ਚਾਲੂ ਹੋ ਜਾਏਗੀ ਤਨ ਵਪਾਰੀ ਨਾਨਕਾ ਪਾਈ ਮੇਲ ਕਰੇ ਵਪਾਰ ਨਾਨਕ ਕੰਦੇ ਨੇ ਉਹ ਵਪਾਰੀ ਤਨ ਹੈ ਜਿਹੜਾ ਕਿ ਨਾਮ ਦਾ ਹੀ ਵਪਾਰ ਕਰਦਾ ਹੈ ਤੋਂ ਉਹ ਵਪਾਰ ਕਰਦੇ ਕਰਦੇ ਹੀ ਵਹਿਗੁਰੂ ਜੀ ਨਾਲ ਮੁਲਾਕਾਤ ਕਰ ਲੈਂਦਾ ਹੈ ਅੱਜ ਦੇ ਲਈ ਇਨਾ ਹੀ ਜੀ ਪੁਲਾਹ ਚੁਕੰਦੀ ਮਾਫੀ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ